ਅੱਜ ਅਸੀਂ ਬਣਾਵਾਂਗੇ ਇੱਕਦਮ ਖਸਤਾ कुरकुरੇ ਚੱਕਰਪਾਰੇ ਬਾਰੋ ਤੇ ਬਹੁਤ ਜ਼ਿਆਦਾ ਕ੍ਰਿਸਪੀ ਹੁੰਦੇ ਆ ਤੇ ਅੰਦਰੋਂ ਇੱਕਦਮ ਸੌਫਟ ਬਣ ਕੇ ਚੱਕਰਪਾਰੇ ਜਿਹੜੇ ਆ ਤਿਆਰ ਹੁੰਦੇ ਆ ਸਭ ਤੋਂ ਪਹਿਲਾਂ ਸਾਨੂੰ ਬਹੁਤ ਜ਼ਿਆਦਾ ਆਲ ਜਾਂਦਾ ਕਿ ਇਹਨਾਂ ਨੂੰ ਕੌਣ ਬਣਾਏ ਇੰਨਾ ਟਾਈਮ ਲੱਗਦਾ ਇਹਨਾਂ ਨੂੰ ਬਣਾਉਣ ਦੇ ਲਈ ਪਰ ਮੈਂ ਤੁਹਾਨੂੰ ਦੱਸ ਦਵਾਂ ਕਿ ਇਹਨੂੰ ਬਿਲਕੁਲ ਵੀ ਟਾਈਮ ਨਹੀਂ ਲੱਗਦਾ ਬਣਾਉਣ ਦੇ ਵਿੱਚ ਬਹੁਤ ਹੀ ਜਲਦੀ ਇਹ ਸ਼ੱਕਰਪਾਰੇ ਜਿਹੜੇ ਆ ਬਣ ਕੇ ਤਿਆਰ ਹੁੰਦੇ ਆ ਜਿੰਨੇ ਟਾਈਮ ਦੇ ਵਿੱਚ ਆਪਾਂ ਘਰ ਦੇ ਵਿੱਚ ਰੋਟੀ ਬਣਾ ਕੇ ਤਿਆਰ ਕਰਨੇ ਆ ਉਸ ਤੋਂ ਵੀ ਘੱਟ ਟਾਈਮ ਦੇ ਵਿੱਚ ਇਹ ਸ਼ੱਕਰਪਾਰੇ ਜਿਹੜੇ ਆ ਬਣ ਜਾਂਦੇ ਆ ਤੇ ਖਸਤਾ ਘੁਰ ਘਰੇ ਸ਼ੱਕਰਪਾਰੇ ਮੈਂ ਕਿੱਦਾਂ ਬਣਾ ਕੇ ਤਿਆਰ ਕੀਤੇ ਆ ਵੀਡੀਓ ਨੂੰ ਲਾਸਟ ਤੱਕ ਦੇਖਿਓ ਜੇਕਰ ਚੰਗੀ ਲੱਗੇ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸ ਇਹ ਸ਼ੱਕਰਪਾਰੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਖੰਡ ਘੋਲ ਕੇ ਤਿਆਰ ਕਰਨੀ ਹੈ ਤੁਸੀਂ ਇਹ ਸ਼ੱਕਰਪਾਰੇ ਜਿਹੜੇ ਗੁੜ ਨਾਲ ਵੀ ਬਣਾ ਸਕਦੇ ਹੋ ਪਰ ਮੈਂ ਤੁਹਾਨੂੰ ਖੰਡ ਨਾਲ ਬਣਾਉਣ ਦਾ ਤਰੀਕਾ ਜਿਹੜਾ ਦੱਸ ਰਹੀ ਹਾਂ ਇੱਕ ਗਲਾਸ ਮੈਂ ਦੁੱਧ ਲਿਆ ਹੈ ਤੇ ਦੁੱਧ ਜਿਹੜਾ ਮੈਂ ਲਿਆ ਹੈ ਉਬਲਿਆ ਹੋਇਆ ਲਿਆਇਆ ਇਹਨੂੰ ਮੈਂ ਫਰਾਈ ਪੈਨ ਦੇ ਵਿੱਚ ਪਾਇਆ ਤੇ ਗੈਸ ਜਿਹੜੀ ਹੈ ਮੈਂ ਔਨ ਕਰ ਦਿੱਤੀ ਹੈ ਦੁੱਧ ਨੂੰ ਹਲਕਾ ਜਿਹਾ ਆਪਾਂ ਗਰਮ ਕਰਨਾ ਹੈ ਤੇ ਇਹਦੇ ਵਿੱਚ ਇੱਕ ਕੁੱਲੀ ਆਪਾਂ ਖੰਡ ਪਾ ਲੈਣੀ ਹੈ ਜੇਕਰ ਤੁਸੀਂ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹੋ ਤੇ 2 ਕ ਚਮਚ ਚੀਨੀ ਜਿਹੜੀ ਹੈ ਵੱਧ ਪਾ ਲਿਓ ਜੇਕਰ ਘੱਟ ਖਾਣਾ ਪਸੰਦ ਕਰਦੇ ਹੋ ਤਾਂ 2-3 ਇਨੂੰ ਆਪਾਂ ਹੁਣ ਆਪਾਂ ਉਬਾਲਾ ਨਹੀਂ ਕਰਾਣਾ ਸਿਰਫ ਚੀਨੀ ਜਿਹੜੀ ਇਹਨੂੰ ਆਪਾਂ ਘੋਲਣਾ ਹੈ ਹਲਕਾ ਜਿਹਾ ਦੁੱਧ ਜਿਹੜਾ ਗਰਮ ਕਰਨਾ ਹੈ ਤਾਂ ਕਿ ਚੀਨੀ ਜਿਹੜੀ ਹੈ ਜਲਦੀ ਘੁਲ ਜਾਵੇ ਤੁਸੀਂ ਪਾਣੀ ਨਾਲ ਵੀ ਇਹ ਜਿਹੜੀ ਚੀਨੀ ਘੋਲ ਕੇ ਤਿਆਰ ਕਰ ਸਕਦੇ ਹੋ ਪਰ ਦੁੱਧ ਨਾਲ ਬਹੁਤ ਵਧੀਆ ਟੇਸਟ ਆਉਂਦਾ ਇਸ ਕਰਕੇ ਮੈਂ ਦੁੱਧ ਪਾਇਆ ਚੀਨੀ ਜਿਹੜੀ ਇਹ ਘੁਲ ਗਈ ਹੈ ਤੁਸੀਂ ਦੇਖ ਸਕਦੇ ਹੋ ਇੱਕਦਮ ਘੁਲ ਗਈ ਹੈ ਵਧੀਆ ਤਰੀਕੇ ਦੇ ਨਾਲ ਤੇ ਦੁੱਧ ਜਿਹੜਾ ਇੱਕਦਮ ਪਤਲਾ ਹੋ ਗਿਆ ਤੇ ਇਹਨੂੰ ਆਪਾਂ ਹੁਣ ਇੱਕ ਸਾਈਡ ਤੇ ਰੱਖਾਂਗੇ ਇਥੇ ਮੈਂ ਇੱਕ ਵੱਡੀ ਚਿਰਮਚੀ ਲਈ ਹੈ ਤੇ ਜਿਸ ਕੋਲੀ ਦੇ ਨਾਲ ਮੈਂ ਖੰਡ ਲਈ ਹੈ ਉਸੇ ਕੋਲੀ ਦੇ ਨਾਲ ਚਾਰ ਕੋਲੀਆਂ नाप ਕੇ ਮੈਂ ਆਟਾ ਲੈ ਰਹੀ ਆ ਜੇਕਰ ਤੁਸੀਂ ਗ੍ਰਾਮ ਦੇ ਹਿਸਾਬ ਨਾਲ ਦੇਖੋ ਤੇ 500 ਗ੍ਰਾਮ ਆਟਾ ਜਿਹੜਾ ਮੈਂ ਲਿਆਇਆ ਤੇ ਆਟਾ ਜਿਹੜਾ ਛਾਣ ਕੇ ਲੈਣਾ ਤਿੰਨ ਕੋਲੀਆਂ ਇੱਕ ਕੋਲੀ ਆਟੇ ਦੇ ਵਿੱਚ ਹੋਰ ਪਾਵਾਂਗੇ ਚਾਰ ਕੋਲੀਆਂ ਆਟੇ ਦੇ ਨਾਲ ਕਿੰਨੇ ਜ਼ਿਆਦਾ ਸ਼ੱਕਰਪਾਰੇ ਜਿਹੜੇ ਬਣ ਕੇ ਤਿਆਰ ਹੁੰਦੇ ਆ ਸ਼ੱਕਰਪਾਰੇ ਨੇ ਖਾਸ ਗੱਲ ਇਹ ਹੈ ਕਿ ਨੂੰ ਤੁਸੀਂ 2 ਮਹੀਨੇ ਵੀ ਰੱਖ ਦਿਓ ਬਿਲਕੁਲ ਖਰਾਬ ਨਹੀਂ ਹੁੰਦੇ ਆ ਅੱਧੇ ਕੋਲੀ ਦੇ ਵਿੱਚ ਸੂਜੀ ਪਾਣੀ ਆ ਮੈਂ ਬਰੀਕ ਵਾਲੀ ਸੂਜੀ ਪਾਈ ਹੈ ਜੇਕਰ ਤੁਹਾਡੇ ਕੋਲ ਮੋਟੀ ਹੈ ਤੇ ਫਿਰ ਤੁਸੀਂ ਉਹਨੂੰ ਹਲਕਾ ਜਿਹਾ ਮਿਕਸੀ ਦੇ ਵਿੱਚ ਪੀਸ ਲਿਓ ਇੱਕ ਕੋਲੀ ਦੇ ਵਿੱਚ ਮੈਂ ਪਾ ਰਹੀ ਹਾਂ ਮੈਦਾ ਮੈਦਾ ਪੂਰੀ ਤਰ੍ਹਾਂ ਦੇ ਨਾਲ ਆਪਸ਼ਨਲ ਹੈ ਜਾਂ ਤੇ ਫਿਰ ਤੁਸੀਂ ਕੱਲੇ ਆਟੇ ਨਾਲ ਬਣਾ ਸਕਦੇ ਹੋ ਜਾਂ ਫਿਰ ਕੱਲੇ ਮੈਦੇ ਨਾਲ ਵੀ ਬਣਾ ਸਕਦੇ ਹੋ ਜੇਕਰ ਤੁਸੀਂ ਆਟੇ ਨਾਲ ਬਣਾ ਰਹੇ ਹੋ ਤੇ ਆਟੇ ਦੇ ਵਿੱਚ ਇੱਕ ਕੋਲੀ ਤੁਸੀਂ ਸੂਜੀ ਪਾਣੀ ਆ ਜੇਕਰ ਤੁਸੀਂ ਵਿੱਚ ਮੈਦਾ ਵੀ ਮਿਕਸ ਕਰ ਰਹੇ ਹੋ ਤੇ ਫਿਰ ਤੁਸੀਂ ਮੇਰੇ ਦੱਸੇ ਹੋਏ ਤਰੀਕੇ ਦੇ ਨਾਲ ਬਣਾਇਓ ਇਹਦੇ ਵਿੱਚ ਪਾਵਾਂਗੇ ਇੱਕ ਚੁੰਡੀ ਨਮਕ ਮਿੱਠੀ ਚੀਜ਼ ਦੇ ਵਿੱਚ ਥੋੜਾ ਜਿਹਾ ਨਮਕ ਪਾ ਲਿਆ ਚਾਹੇ ਤਾਂ ਉਹਦਾ ਸੁਆਦ ਜਿਹੜਾ ਹੋਰ ਵੀ ਵੱਧ ਇਦੇ ਵਿੱਚ ਪਾਵਾਂਗੇ 1/4 ਚਮਚ ਬੇਕਿੰਗ ਸੋਡਾ ਬੇਕਿੰਗ ਸੋਡਾ ਦੇ ਨਾਲ ਅੰਦਰੋਂ ਬਹੁਤ ਜ਼ਿਆਦਾ ਖਸਤਾ ਬਣ ਕੇ ਤਿਆਰ ਹੁੰਦੇ ਆ ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣੀਆਂ ਕੋਈ ਚਾਣੀ ਵਗੈਰੇ ਦੇ ਵਿੱਚ ਪਾਉਣ ਦੀ ਲੋੜ ਨਹੀਂ ਹੁੰਦੀ ਐ ਨਾ ਹੀ ਚਾਣੀ ਦੇ ਵਿੱਚ ਲੋੜ ਪੈਂਦੀ ਐ ਫਟਾਫਟੇ ਸ਼ੱਕਰ ਪਾਰੇ ਬਣ ਕੇ ਤਿਆਰ ਹੋ ਜਾਂਦੇ ਆ ਇੱਕ ਕੌਲੀ ਮੈਂ ਦੇਸੀ ਘਿਓ ਲਿਆ ਜਿਹਨੂੰ ਮੈਂ ਗਰਮ ਕਰਕੇ ਪਗਲਾ ਲਿਆ ਅੱਧੀ ਕੌਲੀ ਦੇਸੀ ਘਿਓ ਜਿਹੜਾ ਮੈਂ ਪਾ ਲਿਆ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਦੇ ਨਾਲ ਆਟੇ ਦੇ ਵਿੱਚ ਮਿਕਸ ਕਰਾਂਗੇ ਇਹ ਮੈਂ ਆਟੇ ਨਾਲ ਬਣਾ ਰਹੀ ਹਾਂ ਇਸ ਕਰਨ ਖਾਣ ਦੇ ਵਿੱਚ ਬਿਲਕੁਲ ਵੀ ਨੁਕਸਾਨ ਨਹੀਂ ਹੈ ਸ਼ੱਕਰਪਾਰੇ ਜਿਹੜੇ ਨਹੀਂ ਕਰਦੇ ਜੇਕਰ ਆਪਾਂ ਮੈਦੇ ਨਾਲ ਬਣਾਨੇ ਆ ਤੇ ਮੈਦਾ ਜਿਹੜਾ ਨੁਕਸਾਨ ਕਰਦਾ ਹੈ ਤੇ ਇਸ ਕਾਰਨ ਮੈਂ ਆਟੇ ਨਾਲ ਹੀ ਤੁਹਾਨੂੰ ਬਣਾਉਣਾ ਦੱਸ ਰਹੀ ਹਾਂ ਸ਼ੱਕਰਪਾਰੇ ਹੁਣ ਆਪਾਂ ਹੱਥ ਦੇ ਨਾਲ ਚੰਗੀ ਤਰ੍ਹਾਂ ਦੇ ਨਾਲ ਮਉਣ ਜਿਹੜੀ ਇਹਦੇ ਵਿੱਚ ਮਿਕਸ ਕਰਨੀ ਹੈ ਤੇ ਮਉਣ ਜਦੋਂ ਆਪਾਂ ਮਿਕਸ ਕਰ ਲਵਾਂਗੇ ਤੇ ਇੱਕ ਬੋਲ ਬਣਾ ਕੇ ਇਹਨੂੰ ਆਪਾਂ ਉਛਾਲਾਂਗੇ ਜੇਕਰ ਉਛਲਣ ਤੋਂ ਬਾਅਦ ਟੁੱਟ ਰਹੀ ਹੈ ਤੇ ਫਿਰ ਇਹਦੇ ਵਿੱਚ ਹੋਰ ਮਉਣ ਪਾਵਾਂਗੇ ਜੇਕਰ ਨਹੀਂ ਟੁੱਟ ਰਹੀ ਹੈ ਤੇ ਮਉਣ ਜਿਹੜੀ ਹੈ ਪਰਫੈਕਟ ਹੈ ਤੇ ਅੱਧੀ ਕੋਲੀ ਕਿ ਉਹ ਹੀ ਸਿਰਫ ਇਹਦੇ ਵਿੱਚ ਮੈਂ ਪਾਇਆ ਹੋਰ ਇਹ ਹੁਣ ਆਪਾਂ ਜਿਹੜਾ ਦੁੱਧ ਘੋਲ ਕੇ ਰੱਖਿਆ ਚੀਨੀ ਪਾ ਕੇ ਇਹਨੂੰ ਆਪਾਂ ਥੋੜਾ ਥੋੜਾ ਪਾਵਾਂਗੇ ਤੇ ਇਹਦਾ ਆਟਾ ਗੁੰਨ ਕੇ ਤਿਆਰ ਕਰਾਂਗੇ ਜਿੱਦਾਂ ਆਪਾਂ ਪੋਰੀਆਂ ਦਾ ਆਟਾ ਗੁੰਨ ਕੇ ਤਿਆਰ ਕਰਨੇ ਆ ਸੇਮ ਉਸੇ ਤਰੀਕੇ ਦਾ ਆਟਾ ਜਿਹੜਾ ਗੁੰਨ ਕੇ ਤਿਆਰ ਕਰਨਾ ਹੈ ਤੇ ਆਟੇ ਨੂੰ ਆਪਾਂ ਥੋੜਾ ਥੋੜਾ ਦੁੱਧ ਪਾ ਕੇ ਹੀ ਗੁੰਨਣਾ ਜੇਕਰ ਜ਼ਰੂਰਤ ਪਈ ਤੇ ਆਪਾਂ ਹੋਰ ਦੁੱਧ ਪਾ ਲਵਾਂਗੇ ਜੇਕਰ ਨਹੀਂ ਜ਼ਰੂਰਤ ਪਈ ਤੇ ਇਸੇ ਦੋਦੇ ਦੇ ਨਾਲ ਹੀ ਆਟਾ ਜਿਹੜਾ ਗੁੰਨਿਆ ਜਾਏਗਾ ਤੇ ਦੁੱਧ ਜਿਹੜਾ ਪਾਣਾ ਹੈ ਥੋੜਾ ਥੋੜਾ ਹੀ ਪਾਣਾ ਹੈ ਨਹੀਂ ਤਾਂ ਫਿਰ ਆਟਾ ਜਿਹੜਾ ਪਤਲਾ ਹੋ ਜਾਏਗਾ ਸਖਤ ਜਿਹਦਾ ਇਹ ਆਟਾ ਗੁੰਨਾ ਜਿਹਦਾ ਆਪਾਂ ਪੂਰੀਆਂ ਬਣਾ ਲੈ ਆਟਾ ਗੁੰਨੇ ਨੇ ਸੇਮ ਉਸੇ ਤਰੀਕੇ ਦਾ ਸਾਰਾ ਦੁੱਧ ਇਹਦੇ ਵਿੱਚ ਮੈਂ ਪਾ ਦਿੱਤਾ ਹੈ ਤੇ ਆਟੇ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣੇ ਆ ਬਹੁਤ ਹੀ ਟੇਸਟੀ ਚੱਕਰਪਾਰੇ ਬਣ ਕੇ ਤਿਆਰ ਹੁੰਦੇ ਐ ਇਹਨੂੰ ਤੁਸੀਂ ਬਣਾ ਕੇ ਬਸ ਇੱਕ ਵਾਰ ਤੈਨੂੰ ਰੱਖ ਲਓ ਮਹੀਨਾ ਪਰ ਸਟੋਰ ਕਰਕੇ ਜਦੋਂ ਦਿਲ ਕੀਤਾ ਤੁਸੀਂ ਚਾਹ ਦੇ ਨਾਲ ਇਹਨੂੰ ਖਾਓ ਬਹੁਤ ਵਧੀਆ ਲੱਗਦੀ ਐ ਖਾਣ ਦੇ ਵਿੱਚ ਆਟਾ ਜਿਹੜਾ ਮੈਂ ਮਿਕਸ ਕਰ ਲਿਆ ਇਕੱਠਾ ਕਰ ਲਿਆ ਇੱਕ ਜਗ੍ਹਾ ਤੇ ਇਹ ਦੇਖੋ ਇੱਕਦਮ ਸਖਤ ਆਟਾ ਮੈਂ ਗੁੰਨ ਕੇ ਤਿਆਰ ਕੀਤਾ ਹੈ ਕਿਉਂਕਿ ਇਹਦੇ ਵਿੱਚ ਸੂਜੀ ਪਾਈ ਐ ਹੋਰ ਵੀ ਸਖਤ ਹੋਏਗਾ ਤੇ ਇਹ ਜਿੱਦਾਂ ਆਪਾਂ ਪੂਰੀਆਂ ਬਣਾਉਂਦੇ ਹਾਂ ਉਸੇ ਤਰੀਕੇ ਦਾ ਆਟਾ ਗੁੰਨ ਕੇ ਤਿਆਰ ਕਰਨਾ ਤੇ ਇਹਨੂੰ ਆਪਾਂ 10 ਮਿੰਟ ਲਈ ਟੱਕ ਕੇ ਛੱਡ ਦੇਵਾਂਗੇ ਤਾਂ ਕਿ ਸੂਜੀ ਜਿਹੜੀ ਐ ਚੰਗੀ ਤਰ੍ਹਾਂ ਦੇ ਨਾਲ ਫੁੱਲ ਜਾਵੇ ਔਰ ਆਟਾ ਵੀ ਜ ਆਟੇ ਕੇ ਇਤਰਾਨੇ ਹੁੰਦੇ ਕੋਜਾ ਆਟੇ ਜਿਹੜਿਆ ਘੱਟ ਪਾਣੀ ਐਬਜ਼ੌਰਬ ਕਰਦੇ ਕੋਜਾ ਆਟੇ ਜ਼ਿਆਦਾ ਕਰਦੇ ਤੇ ਉਸੇ ਹਿਸਾਬ ਨਾਲ ਤੁਸੀਂ ਜਿਹੜਾ ਦੇਖ ਲਿਓ ਕਿੰਨਾ ਕੁ ਦੁੱਧ ਜਾਂ ਪਾਣੀ ਜੋ ਵੀ ਤੁਸੀਂ ਪਾਣਾ ਕਿੰਨਾ ਪੈਂਦਾ ਹੁਣ ਆਪਾਂ ਆਟਾ ਜਿਹੜਾ 10 ਮਿੰਟ ਰੈਸਟ ਕਰਦੇ ਹੋ ਗਿਆ ਤੇ ਇਹਨੂੰ ਆਪਾਂ ਹਲਕਾ ਜਿਹਾ ਮਸਲ ਲਵਾਂਗੇ ਤੇ ਮਸਲਣ ਤੋਂ ਬਾਅਦ ਇਹਦੇ ਮੋٹے ਮੋٹے ਪੇੜੇ ਬਣਾ ਕੇ ਤਿਆਰ ਕਰਨੇ ਆ ਮੋٹے ਪੇੜੇ ਆਪਾਂ ਇਦਾਂ ਬਣਾਣੇ ਜਿੱਦਾਂ ਆਪਾਂ ਰੋਟੀ ਬਣਾਣੇ ਸੇਮ ਇਸੇ ਤਰੀਕੇ ਦੇ ਦੇ ਜਿਹੜੇ ਪੇੜੇ ਬਣਾਣੇ ਆ ਤੁਸੀਂ ਦੇਖਿਆ ਹੋਣਾ ਕਿ ਆਟਾ ਜਿਹੜਾ ਮੈਂ ਪੂਰੀ ਤਰ੍ਹਾਂ ਦੇ ਨਾਲ ਨਹੀਂ ਮਸਲਿਆ ਜਿੱਦਾਂ ਆਪਾਂ ਰੋਟ ਇਕਦਮ ਰਫਲੀ ਜਿਹਾ ਆਟਾ ਏ ਤੇ ਇਹਨੂੰ ਆਪਾਂ ਇਸੇ ਤਰੀਕੇ ਦਾ ਹੀ ਰਹਿਣ ਦੇਣਾ ਜੇਕਰ ਆਪਾਂ ਆਟਾ ਚੰਗੀ ਤਰ੍ਹਾਂ ਮਸਲ ਲਵਾਂਗੇ ਤੇ ਫਿਰ ਇਹ ਅੰਦਰੋਂ ਜਿਹੜੇ ਖਸਤਾ ਨਹੀਂ ਬਣਨਗੇ ਤੇ ਰਫਲੀ ਜਿਹਾ ਹੀ ਆਟਾ ਇਹਨੂੰ ਆਪਾਂ ਰੱਖਣਾ ਹੈ ਤੇ ਹੁਣ ਇਹਨੂੰ ਆਪਾਂ ਬੇਲ ਲਵਾਂਗੇ ਬੇਲਣ ਲੱਗੇ ਇੱਕ ਗੱਲ ਦਾ ਧਿਆਨ ਰੱਖਣਾ ਵੀ ਇਹਨੂੰ ਨਾ ਤਾਂ ਜ਼ਿਆਦਾ ਮੋਟਾ ਹੋਣਾ ਚਾਹੀਦਾ ਤੇ ਨਾ ਹੀ ਜ਼ਿਆਦਾ ਪਤਲਾ ਹੋਣਾ ਚਾਹੀਦਾ ਇਹ ਜਿਹੜਾ ਆਪਾਂ ਰੋਟੀ ਜਿਹੜੀ ਬੇਲ ਕੇ ਤਿਆਰ ਕਰ ਰਹੇ ਹਾਂ ਤੇ ਹੁਣ ਆਪਾਂ ਇਹਨੂੰ ਕੱਟ ਲੈਣਾ ਚਾਕੂ ਦੇ ਨਾਲ ਤੇ ਕਿੰਨਾ ਮੋਟਾ ਜਾਂ ਕਿੰਨਾ ਪਤਲਾ ਹੋਣਾ ਚਾਹੀਦਾ ਮੈਂ ਤੁਹਾਨੂੰ ਚੱਕਰਪਾਰੇ ਇੱਕ ਕੱਟ ਕੇ ਦਿਖਾਵਾਂਗੀ ਕਿਉਂਕਿ ਹੱਲੇ ਮੈਂ ਇਹਦੀ ਰੋਟੀ ਬੇਲ ਕੇ ਤਿਆਰ ਕੀਤੀ ਐ ਪੀਜ਼ਾ ਕਟਰ ਦੇ ਨਾਲ ਜਾਂ ਫਿਰ ਚਾਕੂ ਦੇ ਨਾਲ ਇਹਨਾਂ ਨੂੰ ਆਪਾਂ ਸ਼ੇਪ ਦੇ ਲੈਣੀ ਐ ਤੁਸੀਂ ਕੋਈ ਵੀ ਸ਼ੇਪ ਦੇ ਸਕਦੇ ਹੋ ਇਹਨਾਂ ਨੂੰ ਤੇ ਮੈਂ ਚੌਰਸ ਸ਼ੇਪ ਦੇ ਜਿਹੜੇ ਬਣਾ ਰਹੀਆਂ ਚੱਕਰਪਾਰੇ ਖਾਣ ਵਿੱਚ ਬਹੁਤ ਹੀ ਜ਼ਿਆਦਾ ਸੁਆਦ ਲੱਗਦੇ ਆਂ ਚੱਕਰਪਾਰੇ ਇਹਦੇ ਵਿੱਚ ਕੋਈ ਚਾਣੀ ਬਣਾਉਣ ਦੀ ਜ਼ਰੂਰਤ ਵੀ ਨਹੀਂ ਪੈਂਦੀ ਐ ਬਸ ਆਟੇ ਦੇ ਵਿੱਚ ਹੀ ਤੁਸੀਂ ਚੀਨੀ ਜਿਹੜੀ ਹੈ ਘੋਲ ਕੇ ਉਹ ਮਿਕਸ ਕਰ ਲਓ ਉਹ ਚੀਨੀ ਜਾਂ ਗੁੜ ਘੋਲ ਕੇ ਜੋ ਵੀ ਤੁਸੀਂ ਪਾਣਾ ਚਾਹੁੰਦੇ ਹੋ ਜੇਕਰ ਗੁੜ ਪਾਣਾ ਚਾਹੁੰਦੇ ਹੋ ਗੁੜ ਵੀ ਪਾ ਸਕਦੇ ਹੋ ਇਹਨਾਂ ਨੂੰ ਮੈਂ ਕੱਟ ਲਿਆ ਜਿਹੜਾ ਐਕਸਟਰਾ ਬਚਿਆ ਇਹਨੂੰ ਆਪਾਂ ਫੇਰ ਤੋਂ ਆਟੇ ਦੇ ਵਿੱਚ ਮਿਕਸ ਕਰ ਦਵਾਂਗੇ ਇਹ ਤੁਸੀਂ ਦੇਖ ਸਕਦੇ ਹੋ ਥਿਕਨੈਸ ਬਸ ਇੰਨੇ ਕੁ ਮੋਟੇ ਆਪਾਂ ਜਿਹੜੇ ਬਣਾਣੇ ਆ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਾਂਗੇ ਹੋਰ ਵੀ ਜ਼ਿਆਦਾ ਫੁੱਲ ਜਾਣਗੇ ਤੇਲ ਦੇ ਵਿੱਚ ਜ਼ਿਆਦਾ ਮੋਟੇ ਹੋਣਗੇ ਤੇ ਫਿਰ ਇਹ ਫਰਾਈ ਹੋਣਗੇ ਜਦੋਂ ਉਦੋਂ ਅੰਦਰੋਂ ਕੱਚੇ ਰਹਿ ਜਾਣਗੇ ਇਸ ਕਰਕੇ ਇਹਨਾਂ ਨੂੰ ਮੀਡੀਅਮ ਜੇ ਰੱਖਣਾ ਹੈ ਨਾ ਤਾਂ ਜਿਆਦਾ ਮੋਟੇ ਤੇ ਨਾ ਹੀ ਜਿਆਦਾ ਪਤਲੇ ਬਣਾ ਕੇ ਤਿਆਰ ਕਰਨੇ ਆ ਹੁਣ ਆਪਾਂ ਇਹਨਾਂ ਨੂੰ ਨਾਲ ਦੇ ਨਾਲ ਬਣਾਵਾਂਗੇ ਤੇ ਨਾਲ ਦੇ ਨਾਲ ਫਰਾਈ ਕਰ ਲਵਾਂਗੇ ਕਿਉਂਕਿ ਇੱਕ ਬੈਚ ਨੂੰ ਫਰਾਈ ਕਰਨ ਦੇ ਵਿੱਚ 7 ਤੋਂ 8 ਮਿੰਟ ਜਿਹੜੇ ਲੱਗ ਜਾਂਦੇ ਆ ਤੇਲ ਗਰਮ ਕਰਨੇ ਮੈਂ ਰੱਖ ਦਿੱਤਾ ਸੀ ਤੇ ਤੇਲ ਦੇ ਵਿੱਚ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਗੈਸ ਦੀ ਫਲੇਮ ਜਿਹੜੀ ਹੈ ਬਿਲਕੁਲ ਲੋਅ ਰੱਖਣੀ ਹੈ ਤਾਂ ਹੀ ਇਹ ਅੰਦਰੋਂ ਵੀ ਪੱਕ ਕੇ ਤਿਆਰ ਹੋਣਗੇ ਚੰਗੀ ਤਰ੍ਹਾਂ ਦੇ ਨਾਲ ਸਿਕਣਗੇ ਜਿੰਨੇ ਕ ਕੜਾਈ ਦੇ ਵਿੱਚ ਆਂਦੇ ਉਹਨੇ ਕਪਾ ਪਾ ਦੇਣੇ ਆ ਜਦੋਂ ਤੱਕ ਪਹਿਲੇ ਵਾਲਾ ਬੈਚ ਸਾਡਾ ਫਰਾਈ ਹੋਏਗਾ ਉਦੋਂ ਤੱਕ ਆਪਾਂ ਦੂਸਰਾ ਬੈਚ ਵੀ ਬੇਲ ਕੇ ਕਟਿੰਗ ਕਰਕੇ ਤਿਆਰ ਕਰ ਲੈਣਾ ਹੈ ਬਸ ਇਸੇ ਤਰੀਕੇ ਦੇ ਨਾਲ ਆਪਾਂ ਇਹ ਬਣਾ ਕੇ ਜਿਹੜੇ ਤਿਆਰ ਕਰਨੇ ਆ ਇੱਕ ਮਿੰਟ ਆਪਾਂ ਇਹਨਾਂ ਨੂੰ ਬਿਲਕੁਲ ਵੀ ਨਹੀਂ ਛੇੜਨਾ ਜਦੋਂ ਆਪਾਂ ਇਹਨਾਂ ਨੂੰ ਤੇਲ ਦੇ ਵਿੱਚ ਪਾਣਾ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਚਮਚ ਦੇ ਨਾਲ ਜਿਹੜਾ ਹੈ ਹਿਲਾ ਦੇਣਾ ਤਾਂ ਕਿ ਸਾਰੀਆਂ ਸਾਈਡਾਂ ਤੋਂ ਇੱਕੋ ਜਿਹਾ ਫਰਾਈ ਹੋਣ ਤੇ ਰੰਗ ਇੱਕੋ ਜਿਹਾ ਆਏ ਸਾਰਿਆਂ ਦੇ ਉੱਤੇ ਬਸ ਕੁਛ ਇਸ ਤਰ੍ਹਾਂ ਦੇ ਨਾਲ ਚਮਚ ਦੇ ਨਾਲ ਇਹਨਾਂ ਨੂੰ ਆਪਾਂ ਹਲਕਾ ਜਿਹਾ ਹਿਲਾਣਾ। ਵੀਡੀਓ ਮੈਂ ਫਾਸਟ ਕੀਤੀ ਹੋਈ ਹੈ ਇਸ ਕਾਰਨ ਤੁਹਾਨੂੰ ਜਲਦੀ ਜਲਦੀ ਲੱਗ ਰਿਹਾ। ਪਰ ਇਹਨਾਂ ਨੂੰ ਮੈਂ ਹਲਕੇ ਹੱਥ ਨਾਲ ਹੌਲੀ-ਹੌਲੀ ਜਿਹੜਾ ਹਿਲਾਇਆ ਹੈ। ਹੌਲੀ-ਹੌਲੀ ਇਸ ਕਾਰਨ ਹਿਲਾਣਾ ਕਿਉਂਕਿ ਆਪਾਂ ਇਹਦੇ ਵਿੱਚ ਮੋਇਨ ਪਾਈ ਹੋਈ ਹੈ ਤੇ ਮੋਇਨ ਪਾਨ ਕਰਨੇ ਜਿਹੜੇ ਇਹ ਚੱਕਰਪਾਰੇ ਟੁੱਟ ਜਾਂਦੇ ਆ। ਲੋ ਫਲੇਮ ਤੇ ਪਕਾਉਂਦੇ ਹੋਏ ਚੱਕਰਪਾਰੇ ਜਿਹੜੇ ਮੈਨੂੰ 8 ਮਿੰਟ ਹੋ ਗਏ ਆ। 8 ਮਿੰਟ ਦੇ ਵਿੱਚ ਚੱਕਰਪਾਰੇ ਜਿਹੜੇ ਆ ਫਰਾਈ ਹੋ ਗਏ ਆ ਤੁਸੀਂ ਦੇਖ ਸਕਦੇ ਹੋ ਤੇ ਇਹਨਾਂ ਨੂੰ ਆਪਾਂ ਹੁਣ ਕੱਢ ਲੈਣਾ। ਇਹਨਾਂ ਦਾ ਕਲਰ ਤੁਹਾਨੂੰ ਡਾਰਕ ਲੱਗ ਰਿਹਾ ਕਿਉਂਕਿ ਆਪਾਂ ਆਟੇ ਨਾਲ ਬਣਾ ਕੇ ਤਿਆਰ ਕੀਤੇ ਆ ਜੇਕਰ ਤੁਸੀਂ ਮੈਦੇਨਾ ਬਣਾ ਰਹੇ ਹੋ ਤਾਂ ਫਿਰ ਇਹਨਾਂ ਦਾ ਕਲਰ ਥੋੜਾ ਜਿਆਦਾ ਲਾਈਟ ਆਏਗਾ ਇਹ ਬੈਚ ਆਪਾਂ ਕੱਢ ਲਵਾਂਗੇ ਤੇ ਇਸੇ ਤਰੀਕੇ ਦੇ ਨਾਲ ਆਪਾਂ ਦੂਜਾ ਬੈਚ ਜਿਹੜਾ ਉਹ ਵੀ ਪਾ ਲੈਣਾ ਤੇ ਸਾਰੇ ਚੱਕਰਪਾਰੇ ਇਸੇ ਤਰੀਕੇ ਨਾਲ ਬਣਾ ਕੇ ਆਪਾਂ ਤਿਆਰ ਕਰ ਲੈਣੇ ਆ ਦੇਖਣ ਦੇ ਵਿੱਚ ਹੀ ਪਤਾ ਲੱਗ ਰਿਹਾ ਕਿੰਨੇ ਵਧੀਆ ਚੱਕਰਪਾਰੇ ਸਾਡੇ ਬਣ ਕੇ ਤਿਆਰ ਹੋਏ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਬਹੁਤ ਹੀ ਖਸਤਾ ਲੱਗਦੇ ਆ ਖਾਂ ਦੇ ਵਿੱਚ ਬਾਹਰੋਂ ਕ੍ਰਿਸਪੀ ਤੇ ਅੰਦਰੋਂ ਇਕਦਮ ਸੌਫਟ ਲੱਗਦੇ ਆ ਦੂਜਾ ਬੈਚ ਵੀ ਆਪਾਂ ਪਾ ਦਿੰਨੇ ਆ ਤੇ ਇਸੇ ਤਰੀਕੇ ਦੇ ਨਾਲ ਦੂਜਾ ਬੈਚ ਵੀ ਜਿਹੜਾ ਫ੍ਰਾਈ ਕਰਕੇ ਤਿਆਰ ਕਰ ਲਵਾਂਗੇ ਵੀਡੀਓ ਤੁਸੀਂ ਕਿੱਥੋਂ ਕਿੱਥੋਂ ਦੇਖ ਰਹੇ ਹੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੇ ਕਮੈਂਟ ਮੈਨੂੰ ਮੋਟੀਵੇਟ ਕਰਦੇ ਆ ਔਰ ਮੈਨੂੰ ਪਤਾ ਚੱਲਦਾ ਕਿ ਮੇਰੀ ਵੀਡੀਓ ਕਿੱਥੇ ਕਿੱਥੇ ਪਹੁੰਚੀ ਆ ਸ਼ੱਕਰਪਾਰੇ ਮੈਂ ਬਣਾ ਕੇ ਤਿਆਰ ਕਰ ਲਿਆ ਤੁਸੀਂ ਦੇਖ ਸਕਦੇ ਇੱਕ ਸ਼ੱਕਰਪਾਰੇ ਮੈਂ ਤੁਹਾਨੂੰ ਤੋੜ ਕੇ ਦਿਖਾਨੀ ਆ ਬਹੁਤ ਜ਼ਿਆਦਾ ਕ੍ਰਿਸਪੀ ਸ਼ੱਕਰਪਾਰੇ ਜਿਹੜੇ ਬਣ ਕੇ ਤਿਆਰ ਹੋਏ ਆ ਤੇ ਤੁਹਾਨੂੰ ਸ਼ੱਕਰਪਾਰਿਆਂ ਦੀ ਰੈਸਪੀ ਕਿੱਦਾਂ ਲੱਗੀ ਆ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਥੋੜੀ ਜਿਹੀ ਵੀ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਮੇਰੇ ਚੈਨਲ ਪੰਜਾਬੀ ਮਸਾਲਾ ਤੜਕਾ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਮਿਲਦੇ ਆ ਫਿਰ ਐਦਾਂ ਦੀ ਕਿਸੇ ਹੋਰ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਜੀ